ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਆਸਟ੍ਰੇਲੀਆ ਬਾਰੇ ਗੱਲ ਕਰਾਂਗੇ। ਆਸਟ੍ਰੇਲੀਆ ਜਾਣ ਵਾਲੇ ਸਟੂਡੈਂਟਸ ਲਈ ਬਹੁਤ ਹੀ ਖਾਸ ਰਹਿਣ ਵਾਲਾ ਸਾਡਾ ਸ਼ੋਅ। ਆਸਟ੍ਰੇਲੀਆ ਨੂੰ ਲੈ ਕੇ ਚੇਂਜਿੰਗ ਜਿਹੜੇ ਵੱਡੇ ਹੋਏ ਆ 2025 'ਚ ਹੋਣ ਵਾਲੇ ਆ, ਉਸ ਤੋਂ ਪਹਿਲਾਂ ਕੀ ਨਵੰਬਰ ਇਨਟੇਕ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ, ਕਿਸ ਤਰ੍ਹਾਂ ਦੇ ਨਾਲ ਅਪਲਾਈ ਕੀਤਾ ਜਾਂਦਾ, ਕਿਹੜੇ ਕਿਹੜੇ ਐਲੀਜੀਬਲ ਹੈਗੇ ਆ, ਸਕਰੀਨ 'ਤੇ ਆ ਰਹੇ ਨੰਬਰ 'ਤੇ ਤੁਸੀਂ ਕਾਲ ਵੀ ਕਰ ਸਕਦੇ ਹੋ, ਅਸੀਂ ਗੱਲਬਾਤ ਵੀ ਕਰਾਂਗੇ। ਸਾਡੇ ਨਾਲ ਨੇ ਗੁਰਪ੍ਰੀਤ ਕੌਰ ਬਾਠ ਮੈਮ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਮੈਮ, ਕੀ ਕਾਰਨ ਹੈ ਕਿ ਹਰੇਕ ਕੰਟਰੀ ਸਖ਼ਤ ਕਰ ਰਿਹਾ, ਜਿਵੇਂ ਪਹਿਲਾਂ ਕੈਨੇਡਾ ਨੇ ਕੈਪਿੰਗ ਕੀਤੀ, ਸਪਾਊਸ ਬੰਦ ਕਰਤਾ, ਹੋਰ ਕਿੰਨਾ, ਚਲੋ ਬੰਦ ਨਹੀਂ ਆਪਾਂ ਕਹਿ ਸਕਦੇ, ਵੀਜ਼ਾ ਦੇਣੇ ਘੱਟ ਕਰਤੇ, ਹੈ ਨਾ? ਅਤੇ ਕੀ ਕਾਰਨ ਹੈ ਕਿ ਹੁਣ ਆਸਟ੍ਰੇਲੀਆ ਦੀ ਵੀ ਇਸ ਤਰ੍ਹਾਂ ਅਨਾਊਂਸਮੈਂਟ ਆ ਰਹੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਪਿੰਗ ਹੋ ਸਕਦੀ ਹੈ, ਕਦੋਂ ਤੋਂ ਹੋ ਰਹੀ ਹੈ, ਕੀ ਅਪਡੇਟਸ ਹੈਗੀਆਂ ਇਹਦੇ 'ਤੇ? ਪਲਵਿੰਦਰ ਜੀ, ਜਿਹੜੀ ਇਹ ਕੈਪਿੰਗ ਹੋ ਰਹੀ ਹੈ 1 ਜਨਵਰੀ 2025 ਤੋਂ ਹੋ ਰਹੀ ਹੈ। 2025 'ਚ ਜਿਹੜੀ ਇਹ ਕੈਪਿੰਗ ਹੋਣੀ ਆ, ਉਹਦੇ ਵਿੱਚ ਇਹਨਾਂ ਨੇ 40% ਸਟੂਡੈਂਟਸ ਦੀ ਇਨਰੋਲਮੈਂਟ ਕਹੀ ਆ, ਕਾਲਜ ਔਰ ਯੂਨੀਵਰਸਿਟੀਜ਼ 'ਤੇ ਕੈਪਿੰਗ ਲਗਾ ਦਿੱਤੀ ਹੈ ਕਿ ਇੰਨੇ ਹੀ 40% ਬੱਚਿਆਂ ਨੂੰ ਅਸੀਂ ਜਿਹੜਾ ਐਡਮਿਸ਼ਨਸ ਦੇਵਾਂਗੇ, ਕਨਫਰਮੇਸ਼ਨ ਆਫ ਇਨਰੋਲਮੈਂਟ ਦੇਵਾਂਗੇ। ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ, ਜਿਹੜੀਆਂ ਅਸੀਂ ਦੇਖ ਰਹੇ ਹਾਂ, ਉਹਨਾਂ ਨੂੰ ਹੁਣ ਸਿਰਫ ਅਤੇ ਸਿਰਫ ਉਹੀ ਸਟੂਡੈਂਟ ਚਾਹੀਦਾ ਹੈ ਜਿਹੜਾ ਸਟੂਡੈਂਟ ਇੱਕ ਜੈਨੂਅਨ ਸਟੱਡੀ ਕਰਨ ਲਈ ਜਾ ਰਿਹਾ, ਜਿਹਦਾ ਮਕਸਦ ਸਿਰਫ ਅਤੇ ਸਿਰਫ ਉੱਥੇ ਸਟੱਡੀ ਕਰਨਾ ਹੈ। ਅਤੇ ਹੁਣ ਜਿਹੜੀ ਇਹ ਸਖਤੀ ਵੱਧ ਰਹੀ ਆ, ਅਤੇ ਬੱਚਿਆਂ ਕੋਲ ਨਵੰਬਰ ਇਨਟੇਕ ਦੀ ਜਿਹੜੀ ਇਹ ਲਾਸਟ ਆਪਸ਼ਨ ਹੈ, ਨਵੰਬਰ ਇਨਟੇਕ ਲਈ ਅਪਲਾਈ ਕਰ ਲੈਣ। ਨਵੰਬਰ ਇਨਟੇਕ 'ਚ ਜਿਹੜੇ ਬੱਚੇ ਅਪਲਾਈ ਕਰ ਗਏ, ਉਹ ਤਾਂ ਬੱਚੇ ਕੱਲ੍ਹ ਦੇ ਦਿਨ ਉੱਥੇ ਪਹੁੰਚ ਕੇ ਆਪਣਾ ਫਿਊਚਰ ਬਣਾ ਲੈਣਗੇ, ਆਪਣੇ ਡ੍ਰੀਮਸ ਨੂੰ ਫੁਲਫਿਲ ਕਰ ਲੈਣਗੇ। ਬਟ ਜਿਹੜੀ 1 ਜਨਵਰੀ 2025 ਤੋਂ ਅਪਡੇਸ਼ਨ ਹੈ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਸਖਤੀ ਵੱਧ ਰਹੀ ਆ। ਕਿਤੇ ਨਾ ਕਿਤੇ ਆਸਟ੍ਰੇਲੀਆ ਦੇ ਜਿਹੜੇ ਮਿਨਿਸਟਰ ਚੇਂਜ ਹੋਏ ਨੇ ਐਜੂਕੇਸ਼ਨ ਨੂੰ ਲੈ ਕੇ, ਅਤੇ ਉਹਨਾਂ ਨੇ ਯੂਨੀਵਰਸਿਟੀ ਔਰ ਕਾਲਜਿਸ ਦੇ ਉੱਤੇ ਕੈਪਿੰਗ ਸਿਸਟਮ ਨੂੰ ਜਿਹੜਾ ਲਾਗੂ ਕੀਤਾ ਹੈ, ਉਹ ਕਿਤੇ ਨਾ ਕਿਤੇ ਇੱਕ ਪੋਜ਼ਿਟਿਵ ਸਾਈਨ ਵੀ ਮੈਂ ਦੇਖਦੀ ਹਾਂ ਕਿ ਜਿਹੜਾ ਜੈਨੂਅਨ ਸਟੂਡੈਂਟ ਅਪਲਾਈ ਕਰਨਾ ਚਾਹੁੰਦਾ ਹੈ, ਜਿਹੜਾ ਜਾਣਾ ਚਾਹੁੰਦਾ ਹੈ, ਔਰ ਉਹਨਾਂ ਨੇ ਜਿਹੜਾ 40% ਸਟੂਡੈਂਟਸ ਦੀ ਗੱਲ ਕੀਤੀ ਆ, ਇਟ ਮੀਨਸ ਉਹੀ ਬੱਚੇ ਨੂੰ ਐਡਮਿਸ਼ਨ ਮਿਲੂਗੀ ਜਿਹਦਾ ਵੀਜ਼ਾ ਗ੍ਰਾਂਟ ਹੋਣਾ ਹੋਊਗਾ। ਅਤੇ ਇਹ ਨਹੀਂ ਗਾ ਕਿ ਬੱਚਾ ਘੁੰਮਣ ਘੇਰੀ 'ਚ ਪੈ ਜੂਗਾ, ਅਪਲਾਈ ਕਰਤਾ, ਪਤਾ ਨਹੀਂ ਵੀਜ਼ਾ ਆਉਣਾ ਕਿ ਨਹੀਂ ਆਉਣਾ। ਵੀਜ਼ਾ ਅਪਲਾਈ ਕਰਨ ਤੋਂ ਬਾਅਦ ਬੜਾ ਬੱਚਾ ਕਨਫਿਊਜ਼ ਹੁੰਦਾ ਸੀ। ਕਿਤੇ ਨਾ ਕਿਤੇ 1 ਜਨਵਰੀ 2025 ਸਕਸੈਸ ਰੇਟ ਵਧਣਗੇ, ਔਰ ਹੁਣ ਜਿਹੜਾ ਟਾਈਮ ਆ, ਹੁਣ ਜਿਹੜਾ ਸਮਾਂ ਹੈ, ਇਹ ਉਹ ਸਾਰੇ ਬੱਚਿਆਂ ਦੇ ਲਈ ਇਹ ਲਾਸਟ ਆਪਸ਼ਨ ਹੈ ਜਿਨ੍ਹਾਂ ਦੇ ਗੈਪ ਪੈ ਗਏ ਆ, ਜਿਨ੍ਹਾਂ ਦੇ ਸਟੱਡੀ ਦੇ ਵਿੱਚ ਪਰਸੈਂਟੇਜ ਘੱਟ ਹੈ, ਆਈਲੈਟਸ ਸਕੋਰ ਘੱਟ ਹੈ, ਉਹ ਨਵੰਬਰ ਇਨਟੇਕ ਲਈ ਆਪਣਾ ਅਪਲਾਈ ਕਰ ਲੈਣ। ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਇਹ ਸਖਤੀ ਵੱਧ ਜਾਣੀ ਆ, ਔਰ ਉਹੀ ਬੱਚਾ ਜਿਹੜੀ ਕੁਆਲੀਫਿਕੇਸ਼ਨ ਮੈਚ ਕਰੂਗੀ, ਜਿਹੜਾ ਪ੍ਰੋਫਾਈਲ ਮੀਟ ਕਰੂਗਾ ਯੂਨੀਵਰਸਿਟੀ ਔਰ ਕਾਲਜਿਸ ਨਾਲ, ਉਹਨਾਂ ਨੂੰ ਹੀ ਜਿਹੜੀ ਆ ਆਉਣ ਵਾਲੇ ਟਾਈਮ ਦੇ ਵਿੱਚ ਐਡਮਿਸ਼ਨ ਮਿਲੂਗੀ ਅਤੇ ਵੀਜ਼ਾਸ ਮਿਲਣਗੇ। ਕਿਤੇ ਨਾ ਕਿਤੇ ਉਹ ਜਿਹੜਾ ਜੈਨੂਅਨ ਸਟੂਡੈਂਟ ਉੱਥੇ ਸਟੱਡੀ ਕਰਨ ਜਾਣਾ ਚਾਹੁੰਦਾ, ਉਹਦੇ ਲਈ ਇਹ ਗੁੱਡ ਨਿਊਜ਼ ਵੀ ਅਸੀਂ ਕਹਿ ਸਕਦੇ ਹਾਂ। ਬਿਲਕੁਲ ਹੈ, ਜੇਕਰ ਤੁਸੀਂ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲੈਣਾ ਚਾਹੁੰਦੇ ਹੋ, ਪੁੱਛਣਾ ਚਾਹੁੰਦੇ ਹੋ, ਜੈਨੂਅਨ ਸਟੂਡੈਂਟ ਹੈਗੇ ਹੋ, ਤਾਂ ਸਕਰੀਨ 'ਤੇ ਆ ਰਹੇ ਨੰਬਰ 'ਤੇ ਕਾਲ ਕਰ ਸਕਦੇ ਹੋ, ਮੈਮ ਨੂੰ ਮਿਲਣਾ ਚਾਹੁੰਦੇ ਹੋ, ਮੋਹਾਲੀ ਮਿਲ ਸਕਦੇ ਹੋ, ਜਲੰਧਰ ਮਿਲ ਸਕਦੇ ਹੋ। ਅਤੇ ਮੈਮ, ਜਿਵੇਂ 2025 'ਚ ਤੁਸੀਂ ਕਿਹਾ ਕਿ ਨਾ ਜਿਹੜੀਆਂ ਅਨਾਊਂਸਮੈਂਟਸ ਨੇ ਇਹ ਐਪਲੀਕੈਂਟ ਹੋਣਗੀਆਂ ਜਾਂ ਸ਼ੁਰੂ ਹੋਣਗੀਆਂ, ਉਸ ਤੋਂ ਪਹਿਲਾਂ ਕਿਹੜਾ ਇਨਟੇਕ ਹੈਗਾ, ਔਰ ਕਿੰਨੇ ਬੈਂਡ ਸਕੋਰ ਨਾਲ ਔਰ ਕਿੰਨੇ ਗੈਪ ਨਾਲ ਜਿਹੜੇ ਸਟੂਡੈਂਟ ਨੇ ਅਪਲਾਈ ਕਰ ਸਕਦੇ ਆ? ਇਸ ਟਾਈਮ ਤੁਹਾਡਾ 4 ਸਾਲ ਦਾ ਗੈਪ ਹੈ, 5 ਸਾਲ ਦਾ ਗੈਪ ਹੈ, 6 ਸਾਲ ਦਾ ਗੈਪ ਹੈ, 7 ਸਾਲ ਦਾ ਗੈਪ ਹੈ। ਨਵੰਬਰ ਇਨਟੇਕ ਲਈ ਇੱਕ ਸਮਾਂ ਸੀਗਾ ਕਿ ਯੂਨੀਵਰਸਿਟੀ ਕਾਲਜਿਸ ਸਾਨੂੰ ਕਨਫਰਮੇਸ਼ਨ ਆਫ ਇਨਰੋਲਮੈਂਟ ਨਹੀਂ ਦਿੰਦੇ ਸੀ, ਅਸੀਂ ਕਲਚਰ ਸਟੱਡੀ ਐਕਸਚੇਂਜ ਪ੍ਰੋਗਰਾਮ 'ਤੇ ਆਪਣੇ ਬੱਚੇ ਭੇਜ ਕੇ ਉੱਥੇ ਆਪਣੇ ਵੀਜ਼ਾਸ ਐਕਸਚੇਂਜ ਕਰਵਾਏ ਨੇ। ਬਟ ਜਿਹੜਾ ਆਹ ਆਪਾਂ ਹੁਣ ਦੇਖ ਰਹੇ ਹਾਂ, ਇਹਨਾਂ ਨੇ ਸਾਡਾ ਜੁਲਾਈ ਇਨਟੇਕ ਦੇ ਵਿੱਚ ਵੀ ਸਾਨੂੰ ਬੱਚਿਆਂ ਦੀਆਂ COE ਇਸ਼ੂ ਕੀਤੀਆਂ, ਉਹਨਾਂ ਦੇ ਵੀ ਵੀਜ਼ਾਸ ਆਏ ਨੇ। ਹੁਣ ਅੱਗੇ ਇਹਨਾਂ ਨੇ ਸਾਨੂੰ ਨਵੰਬਰ ਇਨਟੇਕ ਦੇ ਲਈ ਵੀ, ਚਾਹੇ ਤੁਹਾਡੇ 5.5
ਆਈਲੈਟਸ ਸਕੋਰ ਨੇ, ਓਵਰਆਲ 6 ਨੇ, 54 ਪੀਟੀ ਸਕੋਰ ਆ, ਤੁਸੀਂ ਇਹ ਵੀ ਅਪਲਾਈ ਕਰਕੇ ਉੱਥੇ ਜਾ ਸਕਦੇ ਹੋ। ਬਟ ਇਹ ਦੇਖ ਲਓ ਕਿ ਤੁਹਾਡੇ ਕੋਲ ਜਿਹੜਾ ਇਹ ਲਾਸਟ ਆਪਸ਼ਨ ਹੈ ਨਵੰਬਰ ਇਨਟੇਕ ਦੇ ਲਈ, ਅਤੇ ਅੱਗੇ ਜਾ ਕੇ ਜਿਹੜੇ ਬੱਚੇ ਅਪਲਾਈ ਕਰ ਲੈਣਗੇ, ਅਪਲਾਈ ਕਰਨਗੇ, ਸਾਡੇ ਕੋਲ ਪੀ ਆਰ ਹੀ ਆਪਸ਼ਨ ਰਹਿ ਜਾਣੀ ਆਸਟ੍ਰੇਲੀਆ ਦੀ, ਜਾਂ ਫਿਰ ਜਿਹੜਾ ਅਸੀਂ ਕਲਚਰ ਸਟੱਡੀ ਐਕਸਚੇਂਜ ਪ੍ਰੋਗਰਾਮ ਦੇ ਵਿੱਚ ਜਾਂਦੇ ਹਾਂ, ਉੱਥੇ ਜਾ ਕੇ ਜਿਹੜਾ ਤੁਹਾਡਾ ਵੀਜ਼ਾ ਕਨਵਰਜਨ ਰੇਸ਼ੋ ਕੀ ਰਹੂਗੀ ਇਹ 2025 ਦੇ ਵਿੱਚ ਹੀ ਅਸੀਂ ਤੁਹਾਨੂੰ ਦੱਸ ਸਕਾਂਗੇ। ਬਟ ਜਿਹੜਾ ਇਹ ਸਮਾਂ ਹੈ ਹੁਣ, ਮੇਰੇ ਅਕੋਰਡਿੰਗਲੀ ਨਵੰਬਰ ਇਨਟੇਕ ਲਈ ਸਾਰੇ ਬੱਚਿਆਂ ਨੂੰ ਆਸਟ੍ਰੇਲੀਆ ਅਪਲਾਈ ਕਰ ਲੈਣਾ ਚਾਹੀਦਾ ਹੈ। ਪਹਿਲਾਂ ਕੈਨੇਡਾ ਨੇ ਆਪਣੀ ਸਖਤੀ ਦਿਖਾਈ, ਹੁਣ ਕਿਤੇ ਨਾ ਕਿਤੇ ਆਸਟ੍ਰੇਲੀਆ ਦਿਖਾ ਰਿਹਾ ਹੈ। ਸਾਨੂੰ ਸਟੂਡੈਂਟਸ ਨੂੰ ਉੱਥੇ ਇੱਕ ਆਪਣੀ ਜਿਹੜੀ ਇੱਕ ਇਮੇਜ ਹੈ ਜਿਹੜੀ ਅਸੀਂ ਕ੍ਰੀਏਟ ਕਰ ਰਹੇ ਹਾਂ ਜਾਂ ਨੈਗੇਟਿਵ ਬੋਲ ਰਹੇ ਹਾਂ ਉਸ ਕੰਟਰੀ ਲਈ, ਉਹ ਵੀ ਗਲਤ ਚੀਜ਼ਾਂ ਨੇ। ਕਿਤੇ ਨਾ ਕਿਤੇ ਐਵੇਂ ਦੇ ਪ੍ਰਭਾਵ ਜਿਹੜੇ ਆ ਤੁਹਾਡੇ ਕੰਟਰੀ ਨੂੰ ਲੈ ਕੇ ਤੁਹਾਡੇ ਉੱਤੇ ਪੈਂਦੇ ਹੀ ਪੈਂਦੇ ਨੇ ਜਦੋਂ ਅਸੀਂ ਗਲਤ ਨਿਊਜ਼ ਦਿੰਦੇ ਹਾਂ। ਲਾਸਟ ਜਿਹੜੀਆਂ ਅਸੀਂ ਬੱਚੇ ਜਿਹੜੇ ਭੇਜੇ ਆ, ਕੈਨੇਡਾ ਭੇਜਿਆ ਜਾਂ ਆਸਟ੍ਰੇਲੀਆ ਭੇਜਿਆ, ਉਹਦੇ ਵਿੱਚੋਂ ਬਹੁਤ ਸਾਰੇ ਇਹੋ ਜਿਹੇ ਵੀ ਸਾਡੇ ਸਟੂਡੈਂਟ ਨੇ ਜਿਹੜੇ ਗੌਰਮੈਂਟ ਜੋਬ 'ਤੇ ਉੱਥੇ ਪੀ ਆਰ ਲੈ ਕੇ ਗੌਰਮੈਂਟ ਜੋਬ ਵੀ ਕਰ ਰਹੇ ਨੇ। ਇਸ ਕਰਕੇ ਅਸੀਂ ਆਉਣ ਵਾਲੇ ਆਪਣੇ ਬੱਚਿਆਂ ਦਾ ਫਿਊਚਰ ਨਾ ਖਰਾਬ ਕਰੀਏ ਉਹਨਾਂ ਕੰਟਰੀਜ਼ ਦੇ ਬਾਰੇ ਮਾੜਾ ਬੋਲ ਕੇ, ਕਿਉਂ ਕਿਤੇ ਨਾ ਕਿਤੇ ਜਦੋਂ ਐਵੇਂ ਦੀਆਂ ਬੈਡ ਨਿਊਜ਼ ਬੈਕ ਟੂ ਬੈਕ ਅਸੀਂ ਸੋਸ਼ਲ ਮੀਡੀਆ 'ਤੇ ਕਿਸੇ ਵੀ ਕੰਟਰੀ ਬਾਰੇ ਬੋਲਦੇ ਹਾਂ ਜਾਂ ਕਿਸੇ ਵੀ ਚੀਜ਼ 'ਤੇ, ਉਹਦੇ ਬੈਡ ਇਫੈਕਟ ਆਉਂਦੇ ਹੀ ਆਉਂਦੇ ਆ। ਹੁਣ ਜਿਹੜਾ ਆਸਟ੍ਰੇਲੀਆ ਨੇ ਕੈਪਿੰਗ ਸਿਸਟਮ ਕੀਤਾ, ਵੀਜ਼ਾ ਸਕਸੈਸ ਰੇਟ ਤਾਂ ਜ਼ਰੂਰ ਵਧੂਗਾ, ਪਰ ਆਉਣ ਵਾਲੇ ਟਾਈਮ ਦੇ ਵਿੱਚ ਸਿਰਫ ਉਹਨਾਂ ਬੱਚਿਆਂ ਨੂੰ ਵੀਜ਼ਾਸ ਮਿਲਣਗੇ ਜਿਹੜੇ ਬੱਚੇ ਜੈਨੂਅਨ ਸਟੱਡੀ ਕਰਨਾ ਚਾਹੁੰਦੇ ਨੇ। ਬਿਲਕੁਲ, ਜੈਨੂਅਨ ਸਟੂਡੈਂਟ ਉਹ ਤੁਸੀਂ ਤਾਂ ਵੀਜ਼ਾ ਲੈ ਸਕਦੇ ਹੋ। ਆਉਣ ਵਾਲੇ ਨਵੰਬਰ 2024 ਇਨਟੇਕ ਤੁਹਾਡੇ ਕੋਲ ਲਾਸਟ ਚਾਂਸ ਆ, ਜਿਵੇਂ ਮੈਮ ਨੇ ਕਿਹਾ ਕਿ ਤੁਸੀਂ ਉਸ ਤੋਂ ਬਾਅਦ ਹੋ ਸਕਦਾ ਲਾਸਟ ਨਹੀਂ ਕਹਿ ਸਕਦੇ, ਲਗਾਤਾਰ ਚੱਲਦਾ ਹੀ ਰਹਿਣਾ। ਪਰ ਜਿਵੇਂ GIC ਜੇ ਆਪਾਂ ਕਹਿ ਦਈਏ ਕੈਨੇਡਾ ਨੇ ਵਧਾਈ ਆ, ਉਸ ਤੋਂ ਬਾਅਦ ਹੁਣ ਇਹਨਾਂ ਨੇ ਪਿੱਛੇ ਅੰਬੈਸੀ ਫੀਸ 'ਚ ਬਹੁਤ ਜ਼ਿਆਦਾ ਵਾਧਾ ਕੀਤਾ ਆਸਟ੍ਰੇਲੀਆ ਨੇ, ਤਾਂ ਹੁਣ ਇਸ ਤਰ੍ਹਾਂ ਦੀਆਂ ਨਿਊਜ਼ ਆਉਣੀਆਂ ਕਿ ਕੈਪ ਲੱਗ ਜਾਣੀ ਹੈ, ਯੂਨੀਵਰਸਿਟੀਜ਼ ਨੂੰ ਸੀਟਸ ਨੇ ਜਿਹੜੀਆਂ ਨਿਰਧਾਰਿਤ ਕਰ ਦਿੱਤੀਆਂ ਜਾਣਗੀਆਂ ਕਿ ਸਿਰਫ ਤੁਸੀਂ 2019 ਦੇ ਮੁਕਾਬਲੇ ਸਿਰਫ 40% ਸਟੂਡੈਂਟ ਹੀ ਇਨਵੋਲਵ ਕਰ ਸਕੋਗੇ, ਯਾਨੀ ਕਿ ਉਹਨਾਂ ਨੂੰ ਤੁਸੀਂ ਆਫਰ ਲੈਟਰ COE ਜੋ ਵੀ ਤੁਸੀਂ ਦੇਣਾ ਦਿਓਗੇ ਜਾਂ ਐਡਮਿਸ਼ਨਸ ਦਿਓਗੇ ਦੇ ਸਕਦੇ ਹੋ। ਇਸ ਕਰਕੇ ਇਹਦੇ ਨਾਲ ਮੈਮ ਇੱਦਾਂ ਵੀ ਹੋ ਸਕਦਾ ਕਿ ਜਿਹੜਾ ਵੀਜ਼ਾ ਸਕਸੈਸ ਰੇਟ ਹੈ ਉਹ ਵੱਧ ਸਕਦਾ ਇਸ ਦੇ ਨਾਲ? ਬਿਲਕੁਲ, ਵੀਜ਼ਾ ਸਕਸੈਸ ਰੇਟ ਪਲਵਿੰਦਰ ਜੀ ਵਧੇਗਾ ਹੀ ਵਧੇਗਾ, ਕਿਉਂਕਿ ਕਿਤੇ ਨਾ ਕਿਤੇ ਐਮਬੈਸੀ ਫੀਸ ਵਧਾਉਣ ਦਾ ਜਿਹੜਾ ਕਾਰਨ ਹੈ, ਇਹਨਾਂ ਨੇ ਉਹੀ ਬੱਚਾ ਇਨਰੋਲ ਕਰਨਾ ਯੂਨੀਵਰਸਿਟੀ ਕਾਲਜਿਸ ਨੇ, ਉਹਨਾਂ ਬੱਚਿਆਂ ਨੂੰ ਹੀ COE ਦੇਣੀ ਆ ਜਿਨ੍ਹਾਂ ਬੱਚਿਆਂ ਨੂੰ ਇਹਨਾਂ ਨੇ ਵੀਜ਼ਾਸ ਗ੍ਰਾਂਟ ਕਰਨੇ ਆ। ਕਿਤੇ ਨਾ ਕਿਤੇ ਜਿਹੜਾ ਇਹ ਸਾਡਾ ਰਿਫਿਊਜ਼ਲ ਰੇਸ਼ੋ ਸੀਗੀ ਨਾ, ਉਹ ਘਟੇਗੀ, ਅਤੇ ਐਮਬੈਸੀ ਵੀ ਉਹੀ ਬੱਚਾ ਲਊਗੀ ਜਿਹਨੂੰ ਉਹਨੇ ਵੀਜ਼ਾ ਗ੍ਰਾਂਟ ਕਰਨਾ। ਅਤੇ ਆਉਣ ਵਾਲਾ ਜਿਹੜਾ ਟਾਈਮ ਆ ਸਾਡੇ ਕੰਸਲਟੈਂਟ ਦਾ ਜਾਂ ਸਾਡੇ ਸਟੂਡੈਂਟਸ ਦਾ ਕਹਿ ਲਓ ਕਿ ਟਰਾਂਸਪੇਰੈਂਟ ਕੰਮ ਹੋਊਗਾ, ਜਿਹੜੇ ਬੱਚਿਆਂ ਦੇ ਵੀਜ਼ਾਸ ਲੱਗਣਗੇ ਉਹੀ ਫਾਈਲ ਐਮਬੈਸੀ ਦੇ ਵਿੱਚ ਸਬਮਿਟ ਹੋਣਗੀਆਂ। ਜਿਵੇਂ ਆਪਾਂ ਜੁਗਾੜ ਲਾਉਂਦਾ ਸੀ ਬੱਚਾ ਇੱਧਰੋਂ ਉੱਧਰੋਂ ਡਾਕੂਮੈਂਟਸ ਕ੍ਰੀਏਟ ਕਰਦਾ ਸੀਗਾ ਐਡਮਿਸ਼ਨ ਨੂੰ ਲੈ ਕੇ, ਕਿਤੇ ਨਾ ਕਿਤੇ ਬੱਚਾ ਜਿਹੜਾ ਹੈ ਇੱਥੋਂ ਐਡਿਟ ਕਰਕੇ ਜਾਂ ਕਿਸੇ ਤਰੀਕੇ ਨਾਲ ਫਾਈਲ ਨੂੰ ਜਿਹੜਾ ਸਬਮਿਟ ਕਰ ਦਿੰਦਾ ਸੀ, ਉਹ ਚੀਜ਼ਾਂ ਆਉਣ ਵਾਲੇ ਟਾਈਮ ਦੇ ਵਿੱਚ ਬਿਲਕੁਲ ਖਤਮ ਹੋ ਜਾਣਗੀਆਂ। ਜਿਹੜਾ ਸਾਡਾ ਸਟੂਡੈਂਟ ਜੈਨੂਅਨ ਤਰੀਕੇ ਨਾਲ ਜਾਣਾ ਚਾਹੁੰਦਾ ਹੈ, ਜਾਂ ਤਾਂ ਫਿਰ ਉਹ ਸਟੱਡੀ 'ਤੇ ਜਾਊਗਾ, ਜਾਂ ਆਉਣ ਵਾਲੇ ਟਾਈਮ ਦੇ ਵਿੱਚ ਆਸਟ੍ਰੇਲੀਆ PR ਆਪਸ਼ਨ ਹੋਊਗੀ ਸਾਡੇ ਕੋਲ, ਅਸੀਂ PR ਦੇ ਬੇਸ 'ਤੇ ਆਸਟ੍ਰੇਲੀਆ ਜਾ ਸਕਦੇ ਹਾਂ। ਜਿਵੇਂ ਆਪਣੇ ਕੈਨੇਡਾ ਦੇ ਵਿੱਚ ਲੀਮੀਆ, ਐਵੇਂ ਆਸਟ੍ਰੇਲੀਆ ਦੇ ਵਿੱਚ ਵੀ ਲੀਮੀਆ ਪ੍ਰੋਸੈਸ ਸੇਮ ਹੀ ਹੈਗਾ ਹੈ, ਬਟ ਕਦੀ ਆਸਟ੍ਰੇਲੀਆ ਨੂੰ ਪ੍ਰਮੋਟ ਨਹੀਂ ਕੀਤਾ ਗਿਆ ਸੀਗਾ ਇਸ ਚੀਜ਼ ਨੂੰ ਲੈ ਕੇ। ਬਟ ਇਸ ਟਾਈਮ ਸਾਡੇ ਕੋਲ ਆਸਟ੍ਰੇਲੀਆ PR ਦੀਆਂ ਵੀ ਬਹੁਤ ਸਾਰੀਆਂ, ਢੇਰ ਸਾਰੀਆਂ ਆਪਸ਼ਨ ਹੈ। ਤੁਸੀਂ ਡੈਂਟਿਸਟ ਹੋ, ਤੁਸੀਂ ਕੋਈ ਵੀ ਕਿਸੇ ਵੀ ਐਡਮਿਨ ਡਿਪਾਰਟਮੈਂਟ ਨੂੰ ਬਿਲੋਂਗ ਕਰਦੇ ਹੋ, ਜਾਂ ਤੁਸੀਂ ਕਿਸੇ ਜਿਮ ਟ੍ਰੇਨਰ ਹੋ, ਜਾਂ ਤੁਸੀਂ ਕੋਈ ਹੈਲਥ ਕੇਅਰ ਦਾ ਕੰਮ ਕਰ ਰਹੇ ਹੋ, ਤੁਸੀਂ ਨਰਸ ਹੋ, ਤੁਸੀਂ ਡਾਕਟਰ ਹੋ, ਅਤੇ ਐਵੇਂ ਦੇ ਜਿਹੜੇ ਵੀ ਸਾਡੇ ਕੈਂਡੀਡੇਟਸ ਨੇ ਉਹ PR ਲਈ ਅਪਲਾਈ ਕਰਕੇ
ਤੇ ਜਾ ਸਕਦੇ ਨੇ। ਉਹਦੇ ਵਿੱਚ ਆਈਲੈਟਸ ਸਕੋਰ ਜਿਹੜਾ ਤੁਹਾਡਾ 6 ਈਚ ਵੀ ਰਹੂਗਾ, ਤੇ ਜੇ ਅਸੀਂ ਰੂਰਲ ਏਰੀਆ ਦੇ ਵਿੱਚ ਅਪਲਾਈ ਕਰਦੇ ਹਾਂ ਉੱਥੇ ਜੇ ਤੁਹਾਡੇ 1 ਚੋਂ 5.5 ਵੀ ਆ ਤਾਂ ਵੀ ਆਪਾਂ ਅਪਲਾਈ ਕਰਕੇ ਆਸਟ੍ਰੇਲੀਆ PR ਵੀ ਲੈ ਸਕਦੇ ਹਾਂ। ਆਉਣ ਵਾਲਾ ਜਿਹੜਾ ਸਮਾਂ ਹੈ ਕਿਸੇ ਵੀ ਕੰਟਰੀ ਦਾ PR ਵਰਕ ਪਰਮਿਟ ਰਹੂਗਾ, ਸਟੂਡੈਂਟ ਉਹੀ ਜਾਊਗਾ ਜਿਹੜਾ ਸਟੂਡੈਂਟ ਜੈਨੂਇਨ ਸਟੱਡੀ ਕਰਨਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਕਿਸੇ ਵੀ ਕੰਟਰੀ ਦਾ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਸਕਰੀਨ 'ਤੇ ਆ ਰਹੇ ਨੰਬਰ 'ਤੇ ਕਾਲ ਕਰ ਸਕਦੇ ਹੋ। ਸ਼ੋਅ ਤੋਂ ਬਾਅਦ ਵੀ ਕਾਲ ਕੀਤੀ ਜਾ ਸਕਦੀ ਹੈ, ਕਿਸੇ ਵੀ ਦਿਨ ਮੋਰਨਿੰਗ 10 ਤੋਂ ਲੈ ਕੇ 5 ਵਜੇ ਤੱਕ ਕਾਲ ਕਰਕੇ ਤੁਸੀਂ ਆਪਣੀ ਜਿਹੜੀ ਹੈਗੀ ਹੈ ਪ੍ਰੋਫਾਈਲ ਹੈ ਡਿਸਕਸ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਮੈਮ ਕੀਮਤੀ ਸਮਾਂ ਦੇਣ ਦੇ ਲਈ। ਥੈਂਕ ਯੂ ਜੀ। ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।